ਅਰ ਛੋੜਾ ਨਬੀ ਕਿਨਾਰੇ ਤੇ ਆਓ ਪਿਆਰ ਮਸਲ ਕਿਹਾ ਪੰਥ ਦੇ ਬਾਨੀ ਕੁਛ ਮੇਰਾ ਕਰਤਾਰ ਜਿਵੇਂ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੇਵੇਂ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੇਵੇਂ ਉਹ ਸਿਰ ਨੂੰ ਤਲੀ ਟਿਕਾ ਕੇ ਤੁਰ ਪਏ ਇਸ਼ਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਕਿਹਾ ਪੰਥ ਦੇ ਬਾਨੀ ਖੁਸ਼ ਮੇਰਾ ਕਰਤਾਰ ਜਿਵੇਂ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੇਵੇਂ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੇਵੇਂ ਸਿਰ ਨੂੰ ਤਲੀ ਟਿਕਾ ਕੇ ਤੁਰ ਪਏ ਇਸ਼ਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਰਾਤੀ ਚੋਟ ਨਗਾਰੇ ਚੱਟ ਸਿੰਘਾਂ ਸਰਦਾਰਾਂ ਨੇ
ਇਸ ਜੰਗ ਵਿੱਚ ਉਦੇ ਸਿੰਘ ਸ਼ਹੀਦ ਹੋ ਗਿਆ। ਬਚਿੱਤਰ ਸਿੰਘ ਨੂੰ ਬੜੇ ਘਾਉ ਆਏ। ਸਰਦਾਰ ਮੋਹਕਮ ਸਿੰਘ ਜਿਹੜੇ ਚੌਥੇ ਪਿਆਰੇ ਸਨ, ਉਹਨਾਂ ਦੀ ਸੱਜੀ ਚੀਜ਼ੀ ਦੇ ਦੋ ਫੋਟੇ ਬਾਣ ਚਲਾਉਂਦਿਆਂ ਕੱਟੇ ਗਏ। ਗਿਆਨੀ ਕਾਨ ਸਿੰਘ ਜੀ ਨਾਭਾ ਲਿਖਦੇ ਆ, ਜੀਤ ਸਿੰਘ ਨੂੰ ਇੱਕ ਦੋ ਘਾਉ ਆਏ। ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਮੋਹਕਮ ਸਿਆ, ਭਾਈ ਜੀਤ ਸਿਆ, ਤੁਹਾਡੀ ਅੱਗੇ ਜਗ੍ਹਾ ਆਏ, ਆ ਜਾਓ। ਬਚਿੱਤਰ ਸਿੰਘ ਨੂੰ ਘਾਉ ਇੰਨੇ ਸੀ, ਕਦੀ ਉੱਠਦਾ ਸੀ, ਕਦੀ ਡਿੱਗ ਪੈਂਦਾ ਸੀ। ਭਾਈ ਆਲਮ ਸਿੰਘ ਨੂੰ ਕਿਹਾ, ਜਿਹਦੀ ਮੁੜ ਕੇ ਨਗਾਰੇ 'ਤੇ ਡਿਊਟੀ ਚਮਕੌਰ ਲੱਗਣੀ ਆ, ਕਹਿੰਦੇ ਆਪਣੇ ਘੋੜੇ ਦਾ ਢਾਸਣਾ ਦੇ ਕੇ ਇਹਨੂੰ ਸਾਡੇ ਮਗਰ ਲਈ ਆ। ਇਸ ਨਦੀ ਵਿੱਚ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇੱਕ ਵਿਦਿਆਧਾਰ ਗ੍ਰੰਥ ਜਿਹਨੂੰ ਅਸੀਂ ਵਿਦਿਆ ਸਾਗਰ ਕਹਿੰਦੇ ਹਾਂ, ਨੌਮਣ ਕੱਚੇ ਦਾ ਸੀ, ਜਿਹੜਾ ਪੌਂਡੇ ਸਾਹਿਬ ਬਹਿ ਕੇ ਮਹਾਰਾਜ ਨੇ ਲਿਖਿਆ, ਅੱਧਾ ਦਸਮ ਗ੍ਰੰਥ ਇੱਥੇ ਲਿਖਿਆ। ਇਹ ਸਾਰਾ ਗ੍ਰੰਥ ਜਿਹੜਾ ਸਾਰੇ ਹੰਸਰਾਜ, ਅੰਮ੍ਰਿਤ ਲਾਲ, ਸਾਰੇ ਕਵੀਆਂ ਬਵੰਜਾਂ ਦੀ ਰਚਨਾ ਸੀ, ਜਿਹਦੇ ਵਿੱਚ ਤਿੰਨਾਂ ਯੁੱਗਾਂ ਦਾ ਗਿਆਨ ਸੀ, ਬੀਤ ਗਿਆ, ਬੀਤ ਰਿਹਾ ਅਤੇ ਆਉਣ ਵਾਲਾ। ਜੇ ਸਾਡੀ ਕੌਮ ਕੋਲ ਉਹ ਗ੍ਰੰਥ ਹੁੰਦਾ, ਪਤਾ ਨਹੀਂ ਕਿੰਨੇ ਹੋਰ ਅਸੀਂ ਵਿਦਵਾਨ ਹੁੰਦੇ। ਇੱਥੇ ਤੋਂ ਵਿਦਵਾਨ ਸਾਹਤੇ ਜੇ ਆਉਂਦੇ ਆ, ਜਿਵੇਂ ਹੁਣ ਵੀ ਗਿਆਨੀ ਹੋਣੀ ਆਏ ਆ। ਇਸੇ ਤਰ੍ਹਾਂ ਸਾਡੇ ਕੋਲ ਤਿੰਨ ਹੀ ਗ੍ਰੰਥ ਰਹਿ ਗਏ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਔਰ ਗਿਆਨੀ ਗਿਆਨ ਸੋਹਣਾ ਦਾ ਪੰਥ ਪ੍ਰਾਚੀਨ। ਇਹ ਜਿਹੜੇ ਗ੍ਰੰਥ ਸੀ, ਜਾਂ ਮਹਿਮਾ ਪ੍ਰਕਾਸ਼ ਭਾਈ ਸਰੂਪਦਾਸ ਭੱਲੇ ਨੇ ਲਿਖਿਆ, ਇਹ ਗ੍ਰੰਥ ਪੜ੍ਹ ਕੇ ਸਾਡੇ ਵਿਦਵਾਨਾਂ ਨੇ ਬੜਾ ਇਹ ਸਮਝ ਲਓ ਤਾਣ ਲਾਇਆ। ਸਿੱਖ ਰਾਜ ਵਾਲੇ ਅਨਪੜ੍ਹਤਾ ਸੀ, ਸਾਡਾ ਇਤਿਹਾਸ ਸਹੀ ਲਿਖਿਆ ਨਹੀਂ ਗਿਆ। ਆਓ ਸੁਣੋ, ਉਹ ਗ੍ਰੰਥ ਡਿੱਗਣ ਨਾਲ ਇੱਕ ਸਾਂਢਣੀ 'ਤੇ ਊਠ 'ਤੇ ਲੱਦਿਆ ਸੀ, ਬੜਾ ਦੁੱਖ ਹੋਇਆ, ਰੁੜ ਗਿਆ। 18,32,00,000 ਮਾਇਆ ਸਰਸਾ ਦੇ ਕੰਢੇ 'ਤੇ ਮਹਾਰਾਜ ਨੇ ਦੱਬੀ ਆ। ਵਿਦਵਾਨ ਕਹਿੰਦੇ ਜਿਹੜਾ ਉਹ ਵਜਨ ਹੈ ਨਾ, ਹਰਜੂ ਹਰ ਮੰਦਰ ਆਵੇਂਗੇ, ਉਦੋਂ ਬਹੁਤ ਇਹ ਮਾਇਆ ਕੱਢੀ ਜਾਊਗੀ। ਪਰਮੇਸ਼ਰ ਨੂੰ ਪਤਾ ਹੈ, ਜਿਹੜਾ ਲਿਖਿਆ ਕਹੂ ਦੂਧ ਬਹੁਤ ਦੇਵੇਗੀ, ਪਰਬਤ ਦੇਵੇਗੇ ਲਾਲ, ਨੰਗਾ ਅਰਥ ਜਾਂ ਭੁੱਖਾ ਕੋਈ ਨਾ ਰਹੂ, ਬਹੁਤ ਲੰਗਰ ਲੱਗਣਗੇ ਥਾਂ ਥਾਂ 'ਤੇ, ਫਿਰ ਉਹਦੇ ਤੋਂ ਵਸਤ ਤਾਂ ਖਾਲਸੇ ਦਾ ਰਾਜ ਹੋਵੇਗਾ। ਜਿਸ ਦਿਨ ਕੋਪੇ ਖਾਲਸਾ ਕੰਪੇ 14 ਲੋਏ, ਮੱਕੜੀ ਨੇ ਹੀ ਖਾਲਸਾ ਹੋਊ, ਨੀਲਾ ਬਾਣਾ ਪੈਰ ਸੀ ਅਵਰਨਾ ਦੇ ਸੀ ਖੋਏ। ਕਈਆਂ ਦੇ ਜੀ 96 ਕਰੋੜ ਕਿਵੇਂ ਸਜੂ, ਅਮਰੀਕਾ ਵਿੱਚ ਵੇਖੋ 20 ਲੱਖ ਖਾਲਸਾ ਸਜ ਗਿਆ। ਆਪਣੇ ਨਾਲੋਂ ਜਿਹੜੇ ਅੰਗਰੇਜ਼ ਆ ਉਹ ਜ਼ਿਆਦਾ ਸ਼ੁੱਧਤਾ ਵੀ ਖਰੀਦੇ ਆ। ਰਾਤ ਗਿਆਨੀ ਉਹਨਾਂ ਦੱਸਿਆ ਸੀ ਕੇਸਾਂ ਬਾਰੇ, ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸਿੱਖਿਆ 'ਤੇ ਚੱਲਣਾ ਚਾਹੀਦਾ। ਖੈਰ ਸਰਵਣ ਕਰੋ, ਮਹਾਰਾਜ ਇੱਥੋਂ ਤੁਰੇ। ਬਚਿੱਤਰ ਸਿੰਘ ਨਿਹਾਂਖਾ ਕੋਟੜੇ ਵਾਲਾ, ਇਹਦਾ ਪਿਤਾ ਨਿਹਾਂਖਾ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ, ਜਿਹੜਾ ਮਹਾਰਾਜ ਨੂੰ ਘੋੜੇ ਲਿਆ ਕੇ ਦਿੰਦਾ ਸੀ, ਤਿੰਨਾਂ ਪੀੜ੍ਹੀਆਂ ਤੋਂ ਸੇਵਕ। ਇਹਦੇ ਘਰ ਬਚਿੱਤਰ ਸਿੰਘ ਨੂੰ ਛੱਡ ਦਿੱਤਾ। ਕਹਿਣ ਲੱਗੇ, ਨਿਹਾਂਖਾ ਜੇ ਤਾਂ ਤੇਰਾ ਹੀਲਾ ਲੱਗਾ ਤਾਂ ਇਹਨੂੰ ਬਚਾਵੀਂ, ਆਹ ਤੇਰਾ ਪੁੱਤਰ ਆਲਮ ਖਾਂ ਸਾਡੇ ਕੋਲ ਖਲੋਤਾ ਹੈ, ਇਹ ਘੋੜੇ ਦੀਆਂ ਪੈੜਾਂ 'ਤੇ ਸਾਡੇ ਮਗਰ ਛੱਡ ਆਊ, ਇਹ ਆਲਮ ਖਾਂ ਰਾਏ ਕੱਲੇ ਦਾ ਜਵਾਈ ਸੀ, ਇਹ ਸਾਨੂੰ ਛੱਡ ਆਊਗਾ। ਭੀਖਮ ਸ਼ਾਹ ਫਕੀਰ ਜਿਹੜਾ ਪੀਰ ਬੁੱਧੂ ਸ਼ਾਹ ਦੀ ਭੈਣ ਨਿਹਾਂਖਾਂ ਕੋਟੜੇ ਵਾਲੇ ਦੇ ਘਰ ਸੀ, ਕਿਉਂਕਿ ਇਹ ਸਾਰਾ ਪਰਿਵਾਰ ਜਿਹੜਾ ਮਹਾਰਾਜ ਨਾਲ ਤਿੰਨਾਂ ਤਿੰਨਾਂ ਪੀੜ੍ਹੀਆਂ ਤੋਂ ਜੁੜਿਆ ਹੋਇਆ ਸੀ। ਨਿਹਾਂਖਾਂ ਕਹਿਣ ਲੱਗਾ, ਜੀ ਜੇ ਬਚ ਗਿਆ ਬਚਾਵਾਂਗੇ, ਇਹਦੀ ਕਹਾਣੀ ਫਿਰ ਕਿਤੇ ਕਰਾਂਗੇ। ਬਹੁਤ ਉਹਨੇ ਤਾਣ ਲਾਇਆ, ਪਰ ਬਚਿੱਤਰ ਸਿੰਘ ਇੱਥੇ ਸ਼ਹੀਦ ਹੋ ਗਿਆ। ਉਹਨੇ ਆਪਣੇ ਘਰੇ ਉਹਦਾ ਸੰਸਕਾਰ ਕਰਤਾ। ਲਓ ਜੀ, ਮਹਾਰਾਜ ਇੱਥੋਂ ਸਿੱਧੇ ਉਹ ਚਮਕੌਰ ਦੀ ਗੜੀ ਵਿੱਚ ਚਲੇ ਗਏ। ਇਹ ਦੋਨਾਂ ਭਰਾਵਾਂ ਦੀ ਸੀ, ਰੂਪਾ ਰਾਓ ਅਤੇ ਜਗਤਾ ਰਾਓ ਦੀ। ਇੱਕ ਭਰਾ ਮੁਤਫਿਕ ਹੋ ਗਿਆ। ਮੁਹੰਮਦ ਲਤੀਫ ਜੀ ਲਿਖਦੇ ਆ ਕਿ ਉਹਨੂੰ 51 ਸ਼ਰਫੀਆਂ ਦਿੱਤੀਆਂ, ਮੌਸਰ ਫਾਨੀਆਂ ਦਾ 500 ਸ਼ਰਫੀ ਦਿੱਤੀ, ਉਹ ਮੁਤਫਿਕ ਹੋ ਗਿਆ ਭਰਾ। ਕਈਆਂ ਵਿਦਵਾਨਾਂ ਲਿਖਿਆ ਵੀ ਉਹਨੇ ਖੁਸ਼ੀ ਨਾਲ ਅੱਧੀ ਹਵੇਲੀ ਦੇ ਦਿੱਤੀ। ਜਿਹੜਾ ਦੂਸਰਾ ਸੀ ਜਗਤਾ ਰਾਓ, ਉਹ ਨਾ ਮੰਨਿਆ, ਉਹਦੀ ਗੜੀ 'ਤੇ ਸਿੰਘਾਂ ਨੇ ਆਪ ਕਬਜ਼ਾ ਕਰ ਲਿਆ, ਜਿੱਥੇ ਡਿਊਟੀ ਹਿੰਮਤ ਸਿੰਘ ਦੀ ਲਾਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇਖੋ।